ادا تا ਸੰਗੀ ਆਪੂ ਆਪੂ ਆਹਿੰ ਗਿਆ ਰੂਪਾ ਨੇ ਰੂਪਾ ਜੀ ਜੀ ਕਹਿਜੋ ਰੂਪਾ ਰੂਪਾ ਇਰਾਤੇ ਫੋਲੇ ਨਾ ਕੀ ਮਤਲਬ ਹੋਣਾ ਤੇ ਚਿੱਟੇ ਫੋਲੇ ਨਾ ਕੀ ਮਤਲਬ ਹੋਣਾ ਇਹ ਫੋਲ ਚੋ ਲਾਣੇ ਕਿਥੋਂ ਕਲਾਕਾਰਾਂ ਖਰੀਆਂ ਸਾਫ ਸੱਚੀਆਂ ਤੇ ਸੁੱਚੀਆਂ ਅਸਲਾਮ ਅਲੈਕਮ ਵੀਰੋ ਪ੍ਰੋ ਪੈਣੋ ਕੀ ਹਾਲੇ ਠੀਕ ਹੋ ਰਾਜੀ ਪਾਜੀ ਹੋ ਕਾਪਰ ਸਾਹਿਬ ਖੈਰ ਖਰੀਏ ਤੇ ਅਕਸਰ ਬੰਦਾ ਉੱਠਣਾ ਕਰੋ ਉੱਠਣਾ ਅਗਰ ਕਰੋ ਤੋ ਸਾਗ ਸਟੇ ਨਾ ਖਾਲਾ ਕਿ ਤੇਰੀਆਂ ਵੀਡੀਓ ਸੋਹਣੀਆਂ ਹੋਣੀਆਂ ਤੂੰ ਪਾਸ ਏ ਤੇ ਮੈਂ ਹੁਣ ਪਾਸ ਹੋਇਆ ਪਿਆ ਨੇ ਅਲਹਮਦੁਲਿਲਾਹ ਅਜਮਾ ਖਾਲਾ ਪਾਸ ਕਰ ਸਟਾ ਨੇ ਤੇ ਇੱਕ ਮਿੰਟ ਵਿੱਚ ਤੁਸੀਂ ਖਾਲਾ ਨੂੰ ਲਾਜ਼ਮੀ ਪੁੱਛਣਾ ਹੈ ਸਾ ਕੋਲੋਂ ਤੇ ਅਸੀਂ ਤੁਸਾ ਦੱਸਾਂ ਤੇ ਅਸੀਂ ਸਪੈਸ਼ਲੀ ਕਿਨ ਕੇ ਆਇਆ ਖਾਲਾ ਮਰ ਸੋਹਣੇ ਸੋਹਣੇ ਫੁੱਲ ਵੀ ਠੀਕ ਹੈ ਖਾਲਾ ਮਰ ਬੜੀ ਸੋਹਣੀ ਵੈਰਾਈਟੀ ਕਿਨ ਕੇ ਆਇਆ ਇਤਨੀ ਸੋਹਣੀ ਵੈਰਾਈਟੀ ਕਿ ਦਿਲ ਬਾਗ ਬਾਗ ਹੋ ਬਈਨ ਸਮਝਿਓ ਤੇ ਨਾ ਫੁੱਲਾ ਛੁਲਾ ਨਾ ਪੁੱਛਨੇ ਕਿ ਸੀਜ਼ਨ ਨਾ ਕੰਮ ਕੇ ਜਾਉਣਾ ਹੈ ਆਫ ਸੀਜ਼ਨ ਵਿੱਚ ਤੁਸੀਂ ਕੀ ਕਰਨੇ ਹੋ ਕੀ ਮਾਮਲਾਤ ਹੋਣੇ ਪੂਰੀ ਵੀਡੀਓ ਵੇਖਣੀ ਹੈ ਕਮੈਂਟ ਵਿੱਚ ਆਪਣੀ رائے ਵੀ ਦੇਣੀ ਅਸਲਾਮ ਵਾਲੇਕੁਮ ਵਾਲੇਕੁਮ ਅਸਲਾਮ ਵੀਰ ਨਾ ਕੀ ਅਬੂ ਰਹਿਰਾ ਨਾਮ ਹੈ अबू, अबरा नाम हैबू अबू वैसे आखनेगी अब रूपा जी जी कहो रूपा 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 फिर एक बारी रूपा रूपा माशाल्लाह जी अब हर मेरे नाल खोते पेन कितना प्यारा कितना खूबसूरत नाम है रूपा ना आखा करो ठीक है नाया बगाड़ा ना करो नाया बगाड़ने बहुत ज्यादा गुना होना है अच्छा मैं दसो कि जे फुलिसके आड़े शहर ने होने ਇਹ ਲੋਰ ਪਤੋ ਕੀ ਨੇ ਹੁੰਨੇ ਨੇ ਫੁੱਲ ਜੀ ਪਤੋਕੀ ਤੋ ਥਿਆ ਨੂੰ ਇਹਨੂੰ ਖਰਾਬ ਨਹੀਂ ਹੋ ਬਈ ਨੇ ਨਹੀਂ ਜੀ ਬਰਫ਼ ਲਾ ਕੇ ਭੇਜਨੇ ਨਹੀਂ ਖਰਾਬ ਬਣਨੇ ਅੱਛੀ ਬਰਫ਼ ਲਾਣੇ ਇੱਕ ਜਿਹੜਾ ਫੁੱਲ ਫਾਰ ਐਗਜ਼ਾਮਪਲ ਹੈ ਤੁਸੀਂ ਕੋਲ ਗੁਲਦਸਤਾ ਚਾਹਿਆ ਪਈ ਕਿੰਨਾ ਟਾਈਮ ਕੱਢ ਵਈ ਨੇ ਇਹ ਗਰਮੀਆਂ ਇ ਤੇ 1.5 ਘੜੇ ਕੱਢ ਬਣੇ ਤੇ ਸਰਦੀਆਂ ਇ ਤਰਾ 4.5 ਘੜੇ ਕੱਢ ਬਣੇ ਸਰਦੀਆਂ ਚ ਤਰਾ 4.5 ਗਰਮੀਆਂ ਚ 1.5 ਘੜਾ ਕੱਢਣਾ ਤੇ ਇਹ ਕਿੰਨਾ ਗੁਲਦਸਤਾ ਉਸੇ ਕੀ ਤਰ੍ਹਾਂ ਇਹ ਤਕਰੀਬਨ 2000 ਰੁਪਏ ਨਾ ਇੱਕ ਬੁੱਕ ਹੈ ਉਹ ਬੜਾ ਘੱਮ ਮਹਿੰਗਾ ਨਹੀਂ ਅਸਲ ਵਿੱਚ ਗਰਮੀ ਵਿੱਚ ਫੁੱਲ ਹੀ ਮਹਿੰਗੇ ਨੇ ਕੰਮ ਵੀ ਨਹੀਂ ਹੈ ਤੇ ਫੁੱਲ ਮਾਮਲਾਤ ਬਹੁਤ ਮਹਿੰਗੇ ਦੇਖੋ ਇਹ ਮੌਸਮੀ ਸਿਲਸਿਲਾ ਹੋਣਾ ਹੈ ਤੇ ਮੌਸਮ ਜਿਸ ਟਾਈਮ ਨਾ ਹੋ ਸੀ ਤੇ ਫਿਰ ਕਿਹ ਜੋ ਹੋਣਾ ਹੈ ਕਿਹੜੀ ਚੀਜ਼ਾਂ ਤੁਸੀਂ ਵੇਚਣੇ ਹੋਣੇ ਹੋ ਫੁੱਲ ਹੀ ਵੇਚਣੇ ਆ 12 ਮਹੀਨੇ ਇਸ ਨਾ ਮੌਸਮ ਹੋਣਾ ਹੈ ਇੱਥੇ ਉਹਨਾਂ ਕਦੀ ਸਰਦੀਆਂ ਜਿੱਥੇ ਵੀ ਮੌਸਮ ਹੋਣਾ ਹੈ ਉੱਥੇ ਵੀ ਆਣਾ ਹੈ ਮਿਕਸ ਮਾਲ ਆਣਾ ਹੈ ਯਾਨੀ ਕਿ ਜਿੱਥੇ ਮੌਸਮ ਹੋਣਾ ਹੈ ਉਸ ਨਾਲ ਫੁੱਲ ਆਣਾ ਰਹਿਣਾ ਤੁਸੀਂ ਜੀ ਜੀ ਇਸੇ ਤਰ੍ਹਾਂ ਹੀ ਬਿਲਕੁਲ ਮਾਸ਼ਾਅੱਲਾ ਜੀ ਦੋ ਦੁਕਾਨਾਂ ਜੋੜੀਆਂ ਦੁਕਾਨਾਂ ਨੇ ਤੁਸੀਂ ਦੋਆਂ ਨੇ ਰੇਸ਼ੇ ਟਿਕਾਈ ਜੀਜੀ ਇੱਕ ਹੀ ਰਹਿਟਾਂ ਜੀ ਸਾਰਿਆਂ ਨੇ ਇਸ ਦੁਕਾਨਾ ਵਿੱਚ ਤੁਸੀਂ ਆਲ ਰੈਡੀ ਸਕਰੀਨ ਉੱਤੇ ਪੇ ਵੇਖਣੋ ਤੇ ਦੂਜੀ ਦੁਕਾਨਾ ਵਾਲੇ ਕੋਲ ਵੀ ਵਈਨਾਂ ਤੋਂ ਉਸ ਬਰਾਉਨਲ ਵੀ ਲਾਣੇ ਹੈ ਦਿਲਚਸਪ ਕਿਸਮ ਦੀ ਗੱਪਸ਼ਪੋ ਪੂਰੀ ਵੀਡੀਓ ਵੇਖਣੀ ਤੇ ਕਮਿਊਨਿਟੀ ਚ ਆਪਣੀ رائے ਵੀ ਦੇਣੀ ਹੈ ਤੇ ਜਾਣ ਵੀ ਹੋਣੀ ਪੈਣੀ ਤੇ ਅਸੀਂ ਥੋੜੀ ਦੇਰ ਇੱਕ ਬ੍ਰੇਕ ਵੀ ਕਰ ਰਹੇ ਹਾਂ ਦੂਜੀ ਦੁਕਾਨਾ ਚ ਆਏ ਆ ਤੇ ਨਾਲ ਲਲ ਬਿਲਾਣੇ ਹੈ ਦਿਲਚਸਪ ਕਿਸਮ ਦੀ ਗੱਪਸ਼ਪੋ ਤੇ ਇਹਨਾਂ ਕੋਲ ਸਾਰਿਆਂ ਕੋਲ ਪਹਿਲੇ ਪੁੱਛਣਾ ਹੈ ਕਿ ਇਰਤੇ ਫੁੱਲੇ ਨਾ ਕੀ ਮਤਲਬ ਹੋਣਾ ਹੈ ਤੇ ਚਿੱਟੇ ਫੁੱਲੇ ਨਾ ਕੀ ਮਤਲਬ ਹੋਣਾ ਹੈ ਰਤਾਪੂਲ ਪਿਆਰ ਦੀ ਨਿਸ਼ਾਨੀ ਨੇ ਤੇ ਚਿੱਟਾ ਫੁੱਲ ਵੀ ਪਿਆਰ ਵਿੱਚ ਇਸਤੇਮਾਲ ਹੋ ਰਹਾ ਨੇ ਕਿਸੇ ਖੁਸ਼ੀ ਨਾਲ ਗਿਫਟ ਕਰਨੇ ਜਾਂ ਜਿਸ ਤਰ੍ਹਾਂ ਵੀ ਕਾੜ ਕੇ ਉਸ ਦਾ ਕਿਸੇ ਆ ਖੁਸ਼ ਕਰਨੇ ਆਸਤੇ ਚਿੱਟਾ ਕੁਝ ਪਸੰਦ ਕਰਨੇ ਕੁਝ ਰਤਾ ਪਸੰਦ ਕਰਨੇ ਵੈਸੇ ਤੁਸਾਂ ਵੀ ਲਾਜ਼ਮੀ ਦੱਸਣਾ ਕਿ ਕਮੈਂਟ ਵਿੱਚ ਕਿ ਰਤਾਪੂਲ ਪਿਆਰ ਦੀ ਨਿਸ਼ਾਨੀ ਹੈ ਉਤਮਾ ਵੀ ਸਮਝ ਵੀ ਆਣੀ ਤੇ ਚਿੱਟਾ ਫੁੱਲ ਕਿਸ ਚੀਜ਼ਾਂ ਨਿਸ਼ਾਨੀ ਹੈ ਮੇਰੇ ਖਿਆਲ ਚ ਇਹਨਾਂ ਚਿੱਟੇ ਫੁੱਲੇ ਨਾਲ ਆਲਰੇਡੀ ਪਿਆਰ ਦੀ ਨਿਸ਼ਾਨੀ ਨੇ ਹੁਣੀ ਕੀ ਹੋਰ ਨਿਸ਼ਾਨੀ ਹੋਣੀ ਕੀ ਖਿਆਲ ਹੈ ਹੋ ਸਕਣਾ ਹੈ ਜੀ ਅਸੀਂ ਤਾਂ ਪਿਆਰ ਨਹੀਂ ਨਿਸ਼ਾਨੀ ਸਮਝ ਕੇ ਦੇਨੇ ਆ ਹੁਣ ਕੀ ਪਤਾ ਕੀ ਕਰਨੇ ਨੇ ਕਿਤਨੇ ਟਾਈਮ ਚ ਆ ਰੈਡੀ ਤੁਸੀਂ ਕੰਮ ਪੇ ਕਰ ਮੈਂ 22 ਸਾਲ ਹੋ ਗਿਆ ਨੇ ਫੁੱਲਾਂ ਨੇ ਕੰਮ ਕਰਨਾ ਕਰ ਨਾ ਕੀ ਤੁਸੀਂ ਮਜ਼ਰ ਹੁਸੈਨ ਸ਼ਾਹ ਮਜ਼ਰ ਹੁਸੈਨ ਸ਼ਾਹ ਹੈ ਕਿਹੜਾ ਇਲਾਕਾ ਤੁਸੀਂ ਇਹ ਟੁਕ ਨੇ ਆ ਜੀ ਤੇ ਇੱਥੇ ਵਾਕ ਐਂਡ ਵਿੱਚ ਵਾਕ ਐਂਡ ਵਿੱਚ ਰਹਿਸ਼ ਹੈ ਤੇ ਬਸ ਇਥੇ ਹੀ ਤਕਰੀਬਨ ਵੀ 22 ਸਾਲ ਹੋ ਗਿਆ ਨੇ ਫੁੱਲਾਂ ਨੇ ਕੰਮ ਕਰਨਾ ਕਰਨਾ ਇਹ ਫੁੱਲ ਛੋਲ ਆਣਨੇ ਕਿਥੋਂ ਇਹ ਕੁਝ ਇਥੋਂ ਲੋਕਲ ਆਣਾ ਨੇ ਤੇ ਕੁਝ ਲੋਰ ਵਿੱਚੋਂ ਆਂਦਾ ਨੇ ਪਤੋ ਕੀ ਚੋਂ ਨਾ ਵੈਸੇ ਇਸ ਦਾ ਕਾਰੋਬਾਰ ਕੇ ਜਾਵੇ ਕਾਰੋਬਾਰ ਅੱਛਾ ਵੇ ਲੇਕਿਨ ਸੀਜ਼ਨ ਵਾਲਾ ਕੰਮ ਹੈ ਇਸ ਵਿੱਚ ਕੋਈ ਯਾਨੀ ਕਿ ਸੀਜ਼ਨ ਹੋਣਾ ਤੇ ਬਹੁਤ ਅੱਛਾ ਵੇ ਤੇ ਨਹੀਂ ਹੈ ਸੀਜ਼ਨ ਤੇ ਥੋੜਾ ਘਾਟੇ ਲੇਕਿਨ ਇਹ ਵੇ ਕਿ ਫੁੱਲ ਗੰਮੀ ਚ ਵੀ ਇਸਤੇਮਾਲ ਹੋਣਾ ਨੇ ਤੇ ਸ਼ਾਦੀ ਤੇ ਵੀ ਇਸਤੇਮਾਲ ਹੋਣਾ ਨੇ ਵੈਸੇ ਜ਼ਿਆਦਾਤਰ ਜਿਸ ਵਿੱਚ ਫੁੱਲ ਲੋਕ ਪਰਚੇਸ ਕਰਕੇ ਖੜਨ ਜ਼ਿਆਦਾਤਰ ਕਿਹੜੇ ਕਿਸਮ ਦੇ ਲੋਕ ਆਣੇ ਤੁਸਾਂ ਕੋ ਕੁਝ ਖੁਸ਼ੀਆਂ ਵਾਸਤੇ ਸ਼ਾਦੀਆਂ ਸ਼ੁਦੀਆਂ ਵਾਸਤੇ ਆਂਦੇ ਨੇ ਠੀਕ ਹੈ ਨਾ ਜਾਂ ਕੋਈ ਬਿਮਾਰ ਨਹੀਂ ਇਆਦਤ ਕਰਨੇ ਵਾਸਤੇ ਲੈ ਕੇ ਜਾਣੇ ਨੇ ਤੇ ਕੋਈਆਂ ਲੋਕਾਂ ਦੀ ਫੋਤਕੀ ਹੋ ਜੁਲ ਨਹੀਂ ਉਹ ਆਪਣੀ ਕਬਰ ਸ਼ਬਰ ਆਸਤੇ ਤੇ ਦੂਸਰੀ ਤਰ੍ਹਾਂ ਪੁੱਲ ਲੈ ਕੇ ਜਾਂਦੇ ਨੇ ਮਈਤ ਆਸਤੇ ਵੈਸੇ ਜਾਤੂ ਕੁੜੀਆਂ ਵੀ ਆਨੇ ਹੋਣੇ ਬਸ ਆਨੇ ਰਹਿਣੇ ਨੇ ਕਾਲਜ ਨੇ ਸਕੂਲਾਂ ਨੇ ਜਾਕਤ ਕੁੜੀਆਂ ਆਨੇ ਰਹਿਣੇ ਨੇ ਚੱਲਣਾ ਰਹਿਣਾ ਨਿਜ਼ਾਮ ਮੁਹੱਬਤ ਨਾਲ ਪੈਗਾਮ ਦੇ ਹਾਂ ਮੁਹੱਬਤ ਨਾਲ ਪੈਗਾਮ ਦੇ ਨੇ ਤੇ ਅਸੀਂ ਵੀ ਉਹਨਾਂ ਨਾਲ ਮੁਹੱਬਤ ਕਰਨੇ ਆ ਫੁੱਲ ਵੇ ਦੇ ਛੋੜਨੇ ਆ ਉਹਨਾਂ ਮਾਸ਼ਾਅੱਲਾ ਜੀ ਹਮੇਸ਼ਾ ਮੁਹੱਬਤ ਕਰਨ ਵਾਲੇ ਨੇ ਬੰਦੇ ਨਹੀਂ ਇੱਜ਼ਤ ਵੈਲਿਊ ਹੋਣੀ ਦੁਨੀਆ ਨੇ ਵਿੱਚ ਤੇ ਆਖਰਤ ਨੇ ਵਿੱਚ ਵੀ ਅਗਰ ਕਿਸੇ ਨੇ ਚਿਹਰੇ ਤੇ ਮੁਸਕਰਾਟ ਕੇ ਇਨਕਿਆੜ ਨਹੀਂ ਅਗਰ ਤੁਸੀਂ ਆਪਣੀ ਮੁਹੱਬਤ ਨਾਲ ਇਜ਼ਹਾਰ ਕਰਨਾ ਹੈ ਆਪਣੀ والدہ ਨਾਲ ਕਰਨਾ ਹੈ ਪੈਣੂ ਨਾਲ ਕਰਨਾ ਹੈ ਵਾਲਦ ਸਾਹਿਬ ਨਾਲ ਕਰਨਾ ਹੈ ਪ੍ਰਾਉ ਨਾਲ ਕਰਨਾ ਹੈ ਪਰਜਾਈ ਨਾਲ ਕਰਨਾ ਹੈ ਰਿਸ਼ਤਦਾਰਾਂ ਨਾਲ ਕਰਨਾ ਹੈ ਆਪਣੀ ਗਰਲਫ੍ਰੈਂਡ ਨਾਲ ਕਰਨਾ ਹੈ ਬੇਗਮ ਨਾਲ ਕਰਨਾ ਹੈ ਬੇਟੀ ਨਾਲ ਕਰਨਾ ਹੈ ਤੇ ਸਭ ਤੋਂ ਬਿਹਤਰੀਨ ਤਰੀਕਾ icar ਹੈ ਉਸ ਦੀ ਖੇਮਤ ਨੇ ਵਿੱਚ ਤੁਸੀਂ ਇੱਕ ਫੁੱਲ ਪੇਸ਼ ਕਰ ਦਿਓ ਮਾਸ਼ਾ ਅੱਲਾਹ ਜੀ ਖੁਸ਼ ਆ ਵੇਚਣ ਵਾਲੇ ਲੋਕਨ ਖੁਸ਼ਬੂਆਂ ਵੇਚਰੇ ਵਾਲੇ ਲੋਕਨ ਤੁਸਾਂ ਵੀ ਇਨਾਂ ਦੀਆਂ ਦੁਕਾਨਾਂ 'ਚ ਇੱਕ ਵਾਰ ਵਿਜ਼ਿਟ ਕਰਨਾ ਹੈ ਔਰ ਆਪਣੇ ਮੁਹੱਬਤ ਦਾ ਪੈਗਾਮ ਇਥੋਂ ਲੈ ਕੇ ਆਪਣੇ ਪਿਆਰਾਂ 'ਵਾਂ ਜ਼ਰੂਰ ਤੁਸਾਂ ਡਿਲੀਵਰ ਕਰਨਾ ਹੈ। ਐਸੀ ਤਰ੍ਹਾਂ ਦੀ ਵੀਡੀਓ ਆਨੀਏ ਰਹਿਣ ਤੁਸੀਂ ਸਾਰੇ ਸਪੈਸ਼ਲ ਲਾਈਕ ਕਰੋ, ਫਾਲੋ ਕਰੋ, ਕਮੈਂਟ ਵਿੱਚ ਲਾਜ਼ਮੀ ਤੁਸਾਂ ਲਾਜ਼ਮੀ ਦੱਸਣਾ ਹੈ ਚਿੱਟੇ ਫੁੱਲੇ ਦਾ ਕੀ ਮਤਲਬ ਹੈ ਤੇ ਰੱਤੇ ਫੁੱਲੇ ਦਾ ਕੀ ਮਤਲਬ ਹੈ। ਮਿਲਦੇ ਆਂ ਨੈਕਸਟ ਵੀਡੀਓ 'ਚ ਫੀਮਾਨੁਲਾ ਪਾਕਿਸਤਾਨ। ਜ਼ਿੰਦਾਬਾਦ।